ਜ਼ਿਲ੍ਹਾ ਗੁਰਦਾਸਪੁਰ ਦੀਆਂ ਤਸਵੀਰਾਂ ਨੇ ਜਿੱਥੇ ਸਾਫ਼ ਤੌਰ ਦੇ ਉੱਤੇ ਵੇਖਿਆ ਜਾ ਸਕਦਾ ਹੈ ਕਿ ਲੁਟੇਰਿਆਂ ਦੇ ਹੁਣ ਹੌਸਲੇ ਕਿੰਨੇ ਬੁਲੰਦ ਹੋ ਚੁੱਕੇ ਨੇ। ਦਰਅਸਲ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਰਫਕੋਟ ਦੇ ਐਲੀਮੈਂਟਰੀ ਸਕੂਲ ਦੇ ਵਿੱਚ ਵੜ ਕੇ ਇੱਕ ਅਧਿਆਪਕ ਦਾ ਹੀ ਪਰਸ ਖੋ ਕੇ ਲੁਟੇਰਾ ਉੱਥੋਂ ਦੀ ਫਰਾਰ ਹੋ ਗਿਆ। ਇਹ ਘਟਨਾ ਉੱਥੇ ਲੱਗੇ CCTV ਕੈਮਰਿਆਂ ਦੇ ਵਿੱਚ ਕੈਦ ਹੋ ਚੁੱਕੀ ਹੈ। ਅਧਿਆਪਕ ਨੇ ਉਸ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਇਸ ਦੇ ਵਿੱਚ ਕਾਮਯਾਬ ਨਾ ਹੋ ਸਕੇ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਮੈਂ ਬੱਚਿਆਂ ਨੂੰ ਕਿਹਾ ਵੀ ਤੁਸੀਂ ਅੰਦਰ ਚਲ ਜਾਓ, ਆਪਣੀ ਕਲਾਸਿਸ ਵੱਲ ਜਾਓ, ਅਤੇ ਮੈਂ ਹਲੇ ਬਾਹਰ ਹੀ ਬੈਠੀ ਹੋਈ ਸੀ ਅਤੇ ਕੋਲ ਹੀ ਮੇਰਾ ਪਰਸ ਪਿਆ ਹੋਇਆ ਸੀ ਚੇਅਰ 'ਤੇ, ਅਤੇ ਇੱਕ ਚੇਅਰ 'ਤੇ ਮੈਂ ਬੈਠੀ ਹੋਈ ਸੀ ਅਤੇ ਪਿੱਛੋਂ ਆਇਆ ਲੁਟੇਰਾ, ਉੱਧਰਲੇ ਬਸ ਸਾਡੀ ਕੰਧ ਨਹੀਂ ਹੈਗੀ ਅਤੇ ਪਿੱਛੋਂ ਦੀ ਆਇਆ ਅਤੇ ਪਿੱਛੋਂ ਦੀ ਆਇਆ ਅਤੇ ਮੈਨੂੰ ਉਹਨੇ ਕੁਛ ਨਹੀਂ ਕਿਹਾ ਅਤੇ ਬਸ ਪਰਸ ਫੜ ਕੇ ਅਤੇ ਫਟਾਫਟ ਭੱਜ ਗਿਆ। ਮੈਂ ਉਹਦੇ ਮਗਰ ਭੱਜੀ ਹਾਂ ਅਤੇ ਪਰ ਮੈਂ ਡਿੱਗ ਪਈ ਹਾਂ ਅਤੇ ਫਿਰ ਬਾਹਰ ਜਾ ਕੇ ਮੈਂ ਰੌਲਾ ਵੀ ਪਾਇਆ ਪਰ ਉਹਦੇ ਮਗਰ ਕੋਈ ਗਿਆ ਨਹੀਂ। ਅਤੇ ਤੁਸੀਂ ਇਕੱਲੇ ਟੀਚਰ ਸੀ ਅੱਜ ਸਕੂਲ 'ਚ? ਹਾਂਜੀ, ਜਿਹੜੇ ਦੂਸਰੇ ਮੈਡਮ ਜਿਹੜੇ ਮੈਟਰਨਿਟੀ ਲੀਵ 'ਤੇ ਆ। ਅੱਛਾ, ਦੋ ਟੀਚਰ ਸੀ? ਹਾਂਜੀ, ਉਸ ਤਰ੍ਹਾਂ ਦੋ ਜੀ। ਉਹ ਵੀ ਮਹਿਲਾ ਟੀਚਰ ਨੇ? ਹਾਂਜੀ, ਉਹ ਵੀ ਮਹਿਲਾ ਹੈ। ਅਤੇ ਇਸ ਦੀ ਤੁਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ? ਹਾਂਜੀ ਹਾਂਜੀ, FIR ਲਿਖਾਤੀ ਹੋਈ। ਅਤੇ ਉਹ ਲਟੇਰਾ ਇਕੱਲਾ ਸੀ ਕਿ ਬਾਹਰ ਹੋਰ ਵੀ ਜਾਣੇ ਸੀ? ਮਤਲਬ ਇੱਕ ਜਣੇ ਨੇ ਮੋਟਰਸਾਈਕਲ ਸਟਾਰਟ ਰੱਖਿਆ ਸੀ। ਅੱਛਾ, ਦੋ ਜਾਣੇ ਸੀ? ਹਾਂਜੀ, ਦੋ ਜਾਣੇ ਸੀ, ਇੱਕ ਨੇ ਮਤਲਬ ਬਾਹਰ ਹੀ ਉਹ ਅੰਦਰ ਨਹੀਂ ਆਇਆ, ਅੰਦਰ ਇੱਕੋ ਹੀ ਆਇਆ। ਤੁਸੀਂ ਦੇਖ ਲਿਆ ਸੀ ਵੈਸੇ ਆਉਂਦਾ ਵੀ ਕੋਈ ਆ ਰਿਹਾ ਹੈ? ਨਹੀਂ ਨਹੀਂ, ਉਸ ਟਾਈਮ ਨਹੀਂ ਮੈਂ ਵੇਖਿਆ, ਮੈਂ ਉਦੋਂ ਵੇਖਿਆ ਜਦੋਂ ਪਰਸ ਚੁੱਕ ਕੇ ਲੈ ਕੇ ਗਿਆ। ਪਰਸ ਉਹਨੇ ਚੁੱਕਿਆ ਨਾ, ਮੈਂ ਉਦੋਂ ਹੀ ਮਤਲਬ ਉਹਨੂੰ ਕਿਹਾ ਵੀ ਮੇਰਾ ਪਰਸ ਅਤੇ ਉਹ ਫਟਾਫਟ ਅੱਗੇ ਨੂੰ ਭੱਜ ਗਿਆ। ਨਹੀਂ, ਪਰਸ ਤੁਹਾਡੇ ਕੋਲੋਂ ਖੋਇਆ ਕਿ ਨਾਲ ਦੀ ਚੇਅਰ? ਨਹੀਂ, ਨਾਲ ਦੀ ਚੇਅਰ 'ਤੇ ਬੈਠਾ ਹੋਇਆ ਸੀ। ਮਤਲਬ ਮੈਂ ਤੁਹਾਨੂੰ ਦੱਸਿਆ ਨਾ, ਰਿਸੈਸ ਹੁੰਦੀ ਪਈ ਸੀ ਅਤੇ ਮੈਂ ਖਾਣਾ ਖਾਣ ਵਾਸਤੇ ਆਪਣੀ ਐਕਟੀਵਾ ਦੀ ਚਾਬੀ ਕੱਢੀ ਸੀ ਅਤੇ ਪਰਸ ਉਸ ਤਰ੍ਹਾਂ ਅੰਦਰ ਹੁੰਦਾ ਪਿਆ ਅਤੇ ਉਹ ਮੈਂ ਚਾਬੀ ਕੱਢ ਕੇ ਐਕਟੀਵਾ ਖੋਲ੍ਹ ਕੇ ਅਤੇ ਆਪਣਾ ਮੈਂ ਟਿਫਨ ਬਾਹਰ ਕੱਢਿਆ। ਪਰਸ ਵਿੱਚ ਕਿੰਨੇ ਪੈਸੇ ਸੀ? ਮਤਲਬ ਮੇਰੇ ਆਪਣੇ ਹੀ ਹੈਗੇ ਸੀ 20,000 ਰੁਪਇਆ ਹੈਗਾ। ਉਹ ਵੀ ਡਾਕੂਮੈਂਟਸ ਵੀ? ਹਾਂਜੀ, ਮੇਰੇ ਡਾਕੂਮੈਂਟਸ ਹੈਗੇ ਸੀ ਸਾਰੇ। ਇਹੀ ਵੀ ਮਤਲਬ ਸਰ, ਚਲੋ ਸਾਡੀ ਚਾਰ ਦੀਵਾਰੀ ਹੋਵੇ ਅਤੇ ਅਸੀਂ ਅੰਦਰ ਸਿਕਿਉਰਿਟੀ ਫੀਲ ਕਰੀਏ ਅਤੇ ਆਪਣਾ ਦਲ ਮਤਲਬ ਮਾਰ ਕੇ ਗੇਟ ਮਾਰ ਕੇ ਅਸੀਂ ਅੰਦਰ ਬੈਠੀਏ ਅਤੇ ਬੱਚਿਆਂ ਨੂੰ ਪੜ੍ਹਾਉਂਦੇ ਰਹੀਏ ਆਰਾਮ ਨਾਲ, ਸਾਨੂੰ ਇਹ ਕੋਈ ਪ੍ਰੋਬਲਮ ਨਾ ਆਵੇ ਅੱਗੇ ਤੋਂ, ਅਤੇ ਹੋਰ ਕਿਸੇ ਵੀ ਟੀਚਰ ਨੂੰ ਨਾ ਆਵੇ ਪ੍ਰੋਬਲਮ ਆਵੇ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।